सप्ना ਸਤਨਾਮ ਵਾਖੇ ਗੁਰੂ ਜੀਓ ਗੋੜੀ ਮਹੱਲਾ ਨਵਾ ਸਾਧੂ ਰਚਨਾ RAM ਬਣਾਈ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਸਾਦੋ ਰਚਨਾ RAM ਬਨਾਈ ਇਤ ਬਿਨਸੈ ਇਤੇ ਆਸ ਤੇਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਛੂਟਾ ਤਨ ਸਾਚਾ ਕਰਮਨੀਓ ਜੋ ਸੁਪਨਾ ਰਨਾਈ ਜੋ ਦੇਸ ਸੋ ਸਗਲ ਬినాਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿਥਿਆ ਰਹਿੋ RAM ਸਰਨਾਈ ਜੋ ਦੀਸੋ ਸੋ ਸਗਲ ਬਿਨਾਸੈ ਜੋ ਬਾਦਰ ਕੀ ਸ਼ਾਈ ਜਨ ਨਾਨਕ ਜਗ ਜਾਣਿਓ ਮਿਚਿਆ ਰਹਿਓ ਰਾਮ ਸਰਨਾਇ ਵਾਜ ਪ੍ਰਜੀਕਾ ਖਾਲਸਾ ਵਾਜ ਪ੍ਰਜੀਕੀ ਫਤੇ ਸਤਿਗੁਰੂ ਗੁਰੂ ਤੇ ਬਹਾਦਰ ਪਿਤਾ ਮਹਾਰਾਜ ਜੀ ਜੋ ਜ਼ਿੰਦਗੀ ਜਉਣ ਦਾ ਠੰਗ ਤਰੀਕਾ ਗੁਰੂ ਕੀ ਬਾਣੀ ਰਈ ਦਰਸਾਰੇ ਕਰਨ ਤਿਨਾਂ ਦੀ ਵਿਚਾਰ ਦੋ ਦਿਨਾਂ ਤੋਂ ਪ੍ਰਾਰੰਭ ਕੀਤੀ ਹੈ ਗੋੜੀ ਰਾਗ ਵਿੱਚ ਗਰੀਬ ਨਿਵਾਜ ਸਤਪੁਰਾਂ ਦਾ ਇਹ ਦੂਜਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਅੰਗ ਨੰਬਰ 219 ਤੇ ਇਹ ਸਤਿਗੁਰਾਂ ਦਾ ਪਵਿੱਤਰ ਸ਼ਬਦ ਸੁਭਾਈਮਾਨ ਹੈ ਪਹਿਲੇ ਸ਼ਬਦ ਅੰਦਰ ਆਪਾਂ ਦਰਸ਼ਨ ਕਰ ਰਹੇ ਸੀ ਭਈ ਸਤਿਗੁਰੂ ਸਾਨੂੰ ਸਾਧੂ ਕਹਿ ਕੇ ਸੰਬੋਧਨ ਕਰ ਰਹੇ ਹਨ ਕਿਸੇ ਖਾਸ ਜਮਾਤ ਨੂੰ ਨਹੀਂ ਹਰ ਮਨੁੱਖ ਨੂੰ ਇਹ ਸਾਧੂ ਸ਼ਬਦ ਸੰਬੋਧਨ ਹੈ ਭਈ ਇਹ ਸਰੀਰ ਮਿਲੇ ਹੈ ਇਹਨੂੰ ਸਾਧਨਾ ਕਰੋ ਜਿਵੇਂ ਸੰਗਤ ਵਿੱਚ ਪਾਵੇਂ ਕੋਈ ਆਦਮੀ ਚਾਹ ਕੋਈ ਔਰਤ ਚਾਹ ਕੋਈ ਅੰਮ੍ਰਿਤਧਾਰੀ ਚਾਹ ਬਗੈਰ ਅੰਮ੍ਰਿਤ ਦੀ ਦਾਤ ਤੋਂ ਖੋਵੇ ਪਾਵੇਂ ਕੋਈ ਬਹੁਤ ਜਪਣ ਵਾਲਾ ਹੋਵੇ ਤੇ ਚਾਹ ਇੱਕ ਦਿਨ ਵੀ ਪਾਠ ਨਾ ਕੀਤਾ ਹੋਵੇ ਉਹਨਾਂ ਸਭਨਾਂ ਨੂੰ ਆਪਾਂ ਸਾਧ ਸੰਗਤ ਕਹਿੰਦੇ ਸਾਧ ਸ਼ਬਦ ਸੰਗਤ ਨੂੰ ਪਹਿਲਾ ਵਰਤੀ ਦੇ ਇਹਦਾ ਮਤਲਬ ਉੱਚੀ ਵੀ ਸਮੁੱਚੀ ਸਰੋਤਿਆਂ ਨੂੰ ਆਪਾਂ ਸਾਧ ਸ਼ਬਦ ਨਾਲ ਸੰਬੋਧਨ ਕਰਦੇ ਆਂ ਇਹਦਾ ਕੀ ਮਤਲਬ ਜਿਹੜੇ ਸਤਗੁਰੂ ਪਰਮੇਸ਼ਰ ਵੱਲ ਮੂੰਹ ਕਰਕੇ ਬਹਿ ਗਏ ਸਤਪੁਰਾਂ ਦੀ ਬਾਤ ਸੁਣਦੇ ਨੇ ਕੁਝ ਸਿੱਖਣਾ ਚਾਹੁੰਦੇ ਨੇ ਜ਼ਿੰਦਗੀ ਅੰਦਰੋਂ ਜ਼ਿੰਦਗੀ ਵਿੱਚ ਅੰਦਰ ਦਾ ਕੋਈ ਧਨ ਇਕੱਠਾ ਕਰਨਾ ਚਾਹੁੰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਨਾ ਪ੍ਰਤੀ ਸ਼ਬਦ ਵਰਤਦੇ ਆਇਨੇ ਇੱਕ ਜ਼ਰੂਰ ਚੇਤਾ ਰੱਖਿਏ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਬਦ ਦੇ ਸਪੈਲਿੰਗ ਇੱਕੋ ਹੋਣਗੇ ਪਰ ਉਹਨਾਂ ਦੇ ਅਰਥ ਵਕ ਵਕ ਜਗ੍ਹਾ ਤੇ ਵੱਖਰੇ ਹੁੰਦੇ ਕਿਧਰੇ ਸ਼ਬਦ ਸਤਿਗੁਰੂ ਕਹਿੰਦੇ ਆਵੋ ਸੰਤ ਪਿਆਰਿਓ ਆਕਤ ਕੀ ਕਰੈ ਕਹਾਣੀ ਜਿਹੜਾ ਸੰਗਤ ਵਿੱਚ ਆ ਕੇ ਬੈਠਾ ਉਹਨੂੰ ਸੰਤ ਕਹਿ ਦਿੱਤਾ ਜਿਵੇਂ ਇੱਕ ਬੱਚਾ ਵਿਦਿਆਰਥੀ ਭਾਵੇਂ ਪਹਿਲੇ ਦਿਨ ਬੈਠਾ ਏ ਪਹਿਲੀ ਕਲਾਸ ਵਿੱਚ ਜੋ ਉਸ ਤੋਂ ਛੋਟੀ ਉਹ ਵੀ ਵਿਦਿਆਰਥੀ ਜਿਹੜਾ ਐਮਏ ਦੇ ਕਲਾਸ ਵਿੱਚ ਬੈਠਾ ਉਹ ਵੀ ਵਿਦਿਆਰਥੀ ਵਕਾਲਤ ਦੀ ਕੋਈ ਪ੍ਰੈਕਟਿਸ ਕਰ ਰਿਹਾ ਏ ਉਹ ਵੀ ਵਿਦਿਆਰਥੀ ਇਸੇ ਤਰ੍ਹਾਂ ਪਰ ਉਹਨਾਂ ਦੇ ਗਿਆਨ ਵਿੱਚ ਫਰਕ ਹੈ ਨਾ ਇਸੇ ਤਰ੍ਹਾਂ ਸਤਿਗੁਰੂ ਜੀ ਸਾਧੂ ਸੰਤ ਭਗਤ ਇਹ ਸ਼ਬਦ ਜਦੋਂ ਵਰਤਦੇ ਨੇ ਇਨਾਂ ਦੇ ਮਗਰ ਜੋ ਭਾਵਨਾ ਇੱਚੇ ਇਸ ਆਮ ਮਨੁੱਖ ਨੂੰ ਸੰਬੋਧਨ ਜਦੋਂ ਸਤਿਗੁਰੂ ਕਿਸੇ ਪੂਰਨ ਪਹੁੰਚੇ ਪੁਰਸ਼ ਦੀ ਬਾਤ 판ਦੇ ਉੱਚ ਬਚਨ ਜਿਨ੍ਹਾਂ ਸਾਸ ਕਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਵੇਂ ਗੁਰਤੇਗ ਬਹਾਦਰ ਸਾਹਿਬ ਪਿਤਾ ਜੀ ਇੱਥੇ ਸਾਨੂੰ ਉਪਦੇਸ਼ ਕਰ ਰਹੇ ਨੇ ਵੀ ਤੁਸੀਂ ਕਿਹੜੀਆਂ ਗੱਲਾਂ ਤੋਂ ਬਚੋ ਪਰ ਜਦੋਂ ਸ਼ਲੋਕਾਂ ਦਾ ਭੋਗ ਪੈਂਦਾ ਚੋਥੇ ਬਚਨੇ ਨਾਮ ਰਿਓ ਸਾਧੂ ਰਿਓ ਰਿਓ ਗੁਰ ਕੋ ਬਿੰ ਉਥੇ ਸਾਧੂ ਦਾ ਅਰਥ ਗੁਰੂ ਕੇ ਪਿਆਰ ਬਦਲ ਜਾਂਦਾ ਜੋ ਨਾਮ ਜਪ ਕੇ ਅੰਦਰੋ ਸਤਿਗੁਰੂ ਪਰਮੇਸ਼ਰ ਨਾਲ ਇੱਕ ਮਿਕ ਹੋ ਗਏ ਤੋ ਅੱਜ ਦਾ ਸ਼ਬਦ ਦੂਸਰਾ ਹੈ ਆਪਾਂ ਦੋ ਪਹਿਲੇ ਸ਼ਬਦ ਵਿੱਚ ਦੋ ਹਿੱਸੇ ਕਰ ਕੁਸ ਗੱਲ ਨੂੰ ਸਮਝਿਆ ਸੀ ਸਤਿਗੁਰੂ ਜ਼ਿੰਦਗੀ ਦਾ ਨਿਸ਼ਾਨਾ ਦੱਸ ਦੇ ਦੂਜਾ ਖੇਡ ਨੂੰ ਕਠਨ ਕਹਿੰਦੇ ਰੱਬ ਤੇ ਰਾਹ ਤੇ ਤੁਰਨ ਨੂੰ ਅੱਜ ਬੱਚ ਨੇ ਇੱਕ ਬਹੁਤ ਪਿਆਰਾ ਸਤਿਗੁਰੂ ਸ਼ੁਰੂ ਕਰ ਦੇ ਕਹਿੰਦੇ ਕਿ ਸਾਧੂ ਜਨੋ ਸਤਸੰਗਿਓ ਨਿਰੰਕਾਰ ਦੀ ਇਹ ਰਚਨਾ ਜੋ ਨੇ ਆਪ ਬਣਾਈ ਏ ਕਹਿੰਦੇ ਦੁਨੀਆਂ ਵਿੱਚ ਚਾਰ ਭਲੇਖੇ ਨੇ ਸਭ ਤੋਂ ਵੱਡੇ ਇਨਸਾਨ ਦੇ ਉਹ ਕਦੇ ਜਾਂਦੇ ਨਹੀਂ ਕਿਸ ਨੇ ਕਿਹਾ ਅਸਚਰਜ ਕਰਨ ਵਾਲੀ ਗੱਲ ਦੁਨੀਆ 'ਚ ਕਿਹੜੀ ਏ ਜਿਹੜੀ ਹੈਰਾਨ ਕਰਦੀ ਸਭ ਤੋਂ ਹੈਰਾਨ ਕਰਨ ਵਾਲੀ ਕਿਹੜੀ ਗੱਲ ਕਹੈ ਸਤਿਗੁਰੂ ਜੀ ਕਹਿੰਦੇ ਉਹ ਹੈ ਸਾਡੇ ਸਾਹਮਣੇ ਰੋਜ਼ ਮੌਤਾਂ ਹੋ ਰਹੀਆਂ ਨੇ ਵੱਡੇ ਵੀ ਤੁਰੇ ਜਾ ਰਹੇ ਨੇ ਛੋਟੇ ਵੀ ਤੁਰੇ ਜਾ ਰਹੇ ਕੰ ਹਮ ਉਮਰ ਵੀ ਜਾ ਰਹੇ ਕੰ ਬੰਦਾ ਵੇਖ ਰਿਹਾ ਕਿ ਸਾਰੀ ਦੁਨੀਆ ਇਥੋਂ ਤੁਰੀ ਜਾ ਰਹੀ ਏ ਪਰ ਤਾਂ ਵੀ ਇਹ ਮੰਨਦਾ ਨਹੀਂ ਵੀ ਮੈਂ ਵੀ ਤੁਰ ਜਾਣਾ ਹੈ ਕਿੰਨੀ ਹੈਰਾਨ ਕਰਨ ਵਾਲੀ ਗੱਲ ਏ ਇੱਕ ਬਿੰਸ ਹੈ ਕਈ ਇੱਕ ਦਾ ਵਿੱਚ ਜ਼ਰੂਰ ਧਿਆਨ ਕਰਿਏ ਇੱਥੇ ਈੜੀ ਨੂੰ ਵਿਚਾਰੀ ਤੇ ਤੱਕੇ ਨੂੰ ਵਿਚਾਰੀਏ ਗੁਰਬਾਣੀ ਦੀ ਵਿਆਕਰਣ ਮੁਤਾਬਕ ਜਦੋਂ ਕੱਕੇ ਨੂੰ ਸਿਆਰੀ ਆ ਗਈ ਇਹਦਾ ਮਤਲਬ ਹੈ ਬਹੁਤ ਸਾਰੇ ਬਹੁਵਚਨ ਵਿੱਚ ਬੇ ਕਈ ਸਾਡੇ ਸਾਹਮਣੇ ਕਈ ਖਤਮ ਹੋ ਗਏ ਬਿੰਸ ਗਏ ਇਕ ਅਸਥਿਰ ਮਨ ਹੈ ਪਰ ਉਹਨਾਂ 'ਚੋ ਕੁਝ ਉਹ ਨੇ ਜਿਹੜੇ ਆਪਣੇ ਆਪ ਨੂੰ ਅਸੀਂ ਅਸਥਿਰ ਮੰਨਦੇ ਆਂ ਕਿ ਅਸੀਂ ਤੇ ਕਦੇ ਜਾਣਾ ਹੀ ਨਹੀਂ ਅਚਰਜ ਲਖਿਓ ਨਾ ਜਾਈ ਰਖਾਓ ਕਹਿੰਦੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਬੜੀ ਅਚਰਜ ਬਾਤ ਹੈ ਪਿਆਰਿਓ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ ਨੇ ਚਾਰ ਭੁਲੇਖੇ ਨੇ ਇਨਸਾਨ ਦੇ ਸਭ ਤੋਂ ਪਹਿਲਾ ਭੁਲੇਖਾ ਇਹ ਦੂਸਰਿਆਂ ਦੀ ਮੌਤ ਹੋਣੀ ਪਰ ਮੇਰੀ ਨਹੀਂ ਦੂਸਰਿਆਂ ਨੇ ਚਲੇ ਜਾਣਾ ਏ ਪਰ ਮੈਂ ਥੋੜੀ ਜਾਣਾ ਏ ਹੈਰਾਨ ਕਰਨ ਵਾਲੀ ਗੱਲ ਦੂਜਾ ਅਗਲੇ ਸ਼ਬਦ ਵਿੱਚ ਆਏਗਾ ਭੁਲੇਖਾ ਸਤਿਗੁਰੂ ਦੂਰ ਕਰਦੇ ਨੇ ਉਹ ਕੁੱਲ ਦੁਨੀਆ ਨੂੰ ਕਹੇ ਉਹ ਲੱਭਦੇ ਨੇ ਸੁੱਖ ਪਰ ਉਹ ਸੁੱਖ ਲੱਭਦੇ ਨੇ ਪੁੱਤਰਾਂ ਤੇ ਪਦਾਰਥਾਂ ਵਿੱਚੋਂ ਪਰ ਸ਼ਾਇਦ ਉਹਦੇ ਵਿੱਚੋਂ ਸੁੱਖ ਲੱਭੇਗਾ ਉਹ ਆਪਾਂ ਬਾਅਦ ਵਿੱਚ ਜ਼ਿਕਰ ਕਰਦੇ ਹਾਂ ਅੱਜ ਦਾ ਪੂਰਾ ਧਿਆਨ ਇਹ ਸ਼ਬਦ ਤੇ ਕੇਂਦਰਿਤ ਕਰੀਏ ਸਤਪੁਰੂ ਜੀ ਨੇ ਜੋ ਬਚਨ ਕੀਤੇ ਨੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਮਹਾਰਾਜ ਜੀ ਹੁਕਮ ਕਰਦੇ ਨੇ ਜਿਵੇਂ ਬਾਕੀ ਰਚਨਾ ਦੇ ਮੈਂਬਰ ਇੱਕ ਇੱਕ ਕਰਕੇ ਸਾਰੇ ਤੁਰੇ ਜਾ ਦੇ ਕਰਨ ਮਨ ਤੂੰ ਵੀ ਇੱਕ ਦਿਨ ਤੁਰ ਜਾਣਾ ਹੈ ਤੈਨੂੰ ਪਤਾ ਹੈ ਨਿਰੰਕਾਰ ਨੇ ਬਹੁਤ ਕੁਝ ਇਨਸਾਨ ਨੂੰ ਦੱਸਿਆ ਪਰ ਦੋ ਚੀਜ਼ਾਂ ਉਸ ਨੇ ਆਪਣੇ ਕੋਲ ਫਿਰ ਵੀ ਗੁਪਤ ਰੱਖੀਆਂ ਜਨਮ ਕਦੋਂ ਹੋਣਾ ਤੇ ਮੌਤ ਕਦੋਂ ਹੋਣੀ ਹਰਨ ਪਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਕੋਰ ਹੁਣ ਨਹੀਂ ਕੋਈ ਜਾਣਦਾ ਗੁਰੂ ਕੇ ਪਿਆਰਿਓ ਵੇਖਦੇ ਆਂ ਗਰੀਬ ਅਨਵਾਜ ਪਿਤਾ ਜੀ ਦੇ ਬਚਨ ਨੇ ਸਾਬ ਕਹਿੰਦੇ ਐਸੋ ਏ ਸੰਸਾਰ ਵੇਖਣਾ ਰਹਿਣਾ ਕੋ ਪਈ ਕਹਿਰੇ ਜਿਹੜਾ ਜਗਤ ਦਿੱਸ ਰਿਹਾ ਐ ਨਾ ਇਸ ਕਿਸੇ ਨੇ ਰਹਿਣਾ ਕੋਈ ਨਹੀਂ ਸਭਨਾ ਨੇ ਤੁਰ ਜਾਣਾ ਇਥੋਂ ਕਹਿੰਦੇ ਸੂਦੇ ਸੂਦੇ ਰੇਗ ਚਲੋ ਤੂੰ ਨਤਰ ਕੁ ਤੱਕਾ ਦਵਾਈ ਕਹਿਰੇ ਪਤਾ ਨਹੀਂ ਜੇ ਕਦੋਂ ਇਸ ਮੌਤ ਨੇ ਧੱਕਾ ਦੇ ਦੇਣਾ ਹੈ ਰੱਬ ਵੱਲ ਸਿੱਧਾ ਮੂੰਹ ਕਰਕੇ ਉਹਦੀ ਭੈ ਭਾਵਨੀ ਵਿੱਚ ਰਹਿ ਕੇ ਸਤਿਗੁਰਾਂ ਦੇ ਹੁਕਮਾਂ ਵਿੱਚ ਰਹਿ ਕੇ ਉਧਰ ਨੂੰ ਮੁੱਕ ਕਰਕੇ ਜ਼ਿੰਦਗੀ ਦਾ ਸਫ਼ਰ ਕਰਦੇ ਤੁਰੇ ਜਾਓ ਸਤਗੁਰੂ ਜੀ ਵੀ ਚੇਤਾ ਕਰਾਉਂਦੇ ਤੁਸੀਂ ਹੈਰਾਨ ਨਹੀਂ ਹੋ ਰਹੇ ਭਈ ਤੁਸੀਂ ਕਹਿੰਦੇ ਸੀ ਜਾਣਾ ਨਹੀਂ ਤੁਹਾਡੇ ਸਾਹਮਣੇ ਰਾਜੇ ਵੀ ਜਾ ਰਹੇ ਤੇ ਪ੍ਰਜਾ ਵੀ ਜਾ ਰਹੀਏ ਸਤਪੁਰਨ ਦੇ ਬਚਨ ਨੇ ਗਰੀਬਨਵਾਜ ਪਿਤਾ ਦੇ ਰਾਜਾ ਪ੍ਰਜਾ ਸੰਕਰ ਮਾਰੈ ਐਸੋ ਕਾਲ ਬਿੜਾਨੀ ਰੇ ਰਾਜਾ ਵੀ ਤੁਰਿਆ ਜਾ ਰਿਹਾ ਸਤਪੁਰਨ ਤੇ ਗਿਣਤੀ ਕਰਾਈ ਤਨਵੰਤਾ ਪਰ ਨਿਰਦਨ ਮਨ ਨੇ ਤਾਂ ਕਿ ਕਛੂ ਨਾ ਕਾਨੀ ਰੇ ਭਾਵੇਂ ਕੋ ਕਿੰਨਾ ਮਰਜੀ ਤਨਹਾੜੇ ਤੇ ਭਾਵੇਂ ਕੋਈ ਗੁਰੂ ਕੇ ਪਿਆਰਿਓ ਬਿਲਕੁਲ ਕੋਈ ਗਰੀਬ ਆਦਮੀ ਹੈ ਉਹਨਾਂ ਸਭਨਾਂ ਨੂੰ ਜਾਣੇ ਹੀ ਪੈਣਾ ਹੈ ਇਸ ਦੁਨੀਆ ਤੋਂ ਹੁਣ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਜੋ ਸਾਡੀ ਚੋਲੀ ਉਪਦੇਸ਼ ਪਾਣਾ ਚਾਹਿਆ ਹੈ ਉਹ ਕੀ ਹੈ ਸਤਗੁਰੂ ਕਿਉਂ ਕਹਿ ਰਹੇ ਨੇ ਭਈ ਇੱਕ ਬਿਨਸ ਰਹਿ ਨਹੀਂ ਤੇ ਦੂਜੇ ਆਪਣੇ ਆਪ ਨੂੰ ਅਸਥਿਰ ਮੰਨ ਰਹੇ ਨੇ ਇਹ ਕਿਉਂ ਪਿਆਰਿਓ ਇਹਨੂੰ ਸਮਝਣਾ ਸਤਗੁਰੂ ਜੀ ਦਾ ਹੁਕਮ ਹੈ ਜਿਵੇਂ ਬਾਕੀ ਰਚਨਾ ਦੇ ਮੈਂਬਰ ਜਾ ਰਹੇ ਚਲੇ ਆਪਾਂ ਵੀ ਜਾਣਾ ਹੈ। ਪੁਰਸ ਜਾਣ ਤੋਂ ਪਹਿਲਾਂ ਪਹਿਲਾਂ ਇਸ ਜਗਤ ਨੂੰ ਮਿੱਥਿਆ ਜਾਣ ਕੇ ਇਹਦੇ ਨਾਲ ਨੇਹੋ ਨਾ ਪਾਈਏ। ਅਕਾਲ ਪੁਰਖ ਵਾਹਿਗੁਰੂ ਨਾਲ ਪਾਈਏ। ਜਦੋਂ ਬੰਦਾ ਰੱਬ ਨੂੰ ਭੁੱਲਦਾ ਹੈ ਤੇ ਵਿਸ਼ੇ-ਵਕਾਰਾਂ ਦੀ ਪਕੜ ਵਿੱਚ ਬੁਰੀ ਤਰ੍ਹਾਂ ਜਕੜਿਆ ਜਾਂਦਾ ਹੈ। ਸਤਗੁਰੂ ਜੀ ਇਸੇ ਕਰਕੇ ਮੌਤ ਚੇਤਾ ਕਰਾਂਦੇ ਰਹਿੰਦੇ ਨੇ ਇਥੋਂ ਤੱਕ ਸਤਪੁਰਾਂ ਦੇ ਬੱਚੇ ਨੇ ਮੌਤ ਨੂੰ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਭਈ ਸੌਕਸਾਲ ਜਦੋਂ ਉਮਰ ਭੋਗ ਲਈ ਉਦੋਂ ਆਏਗੀ ਨਹੀਂ ਸਹਿਬ ਤਾਂ ਕਹਿੰਦੇ ਖਾਮ ਆਦਮੀ ਕਾ ਇਕਦਮੀ ਮੋਲ ਤੋ ਮੋਤ ਨਾ ਜਾਣ ਨਾਨਕ ਬਿਨ ਵਹਿਤ ਸੈਸਰੇਉ ਜਾਂ ਕੇ ਜੀ ਪ੍ਰਣਾ ਕਹਿੰਦੇ ਜਿਹੜਾ ਦਮ ਆ ਗਿਆ ਬਸ ਇਹੀ ਏ ਜੇਕਰ ਅਗਲਾ ਦਮ ਨਾ ਆਇਆ ਇਹ ਤਾਂ ਉਹਦੀ ਮਰਜ਼ੀ ਹੈ ਨਾ ਦਮ ਦੇਣ ਵਾਲੇ ਦੀ ਭਈ ਉਸ ਨੇ ਦਮ ਦੇਣਾ ਏ ਕਿ ਨਹੀਂ ਦੇਣਾ ਗੁਰੂ ਕੇ ਪਿਆਰਿਓ ਇਹ ਤਾਂ ਉਹਦੀ ਰਜ਼ਾ ਕੈ ਸਤਪੁਰੂ ਜੀ ਦਾ ਬੱਚੇ ਨੇ ਬੰਦੇ ਨੂੰ ਖਾਣਾ ਪੀਣਾ ਸਭ ਕੁਝ ਯਾਦ ਰਹਿੰਦਾ ਸੌਣਾ ਕਦੋਂ ਯਾਦ ਖੈ ਕਿੱਥੇ ਕਿੱਥੇ ਜਾਣਾ ਏ ਕਦੇ ਨਾ ਲੈਂਡਿੰਗ ਕਰਨਾ ਹੈ ਕਦੇ ਨਹੀਂ ਭੁੱਲਦਾ ਕਾਰਬਾਰ ਇਹ ਸਾਰਾ ਕੁਝ ਭੁੱਲਦਾ ਇੱਕੋ ਗੱਲ ਇਹ ਭੀ ਮੌਤ ਨੂੰ ਭੁੱਲਦਾ ਜਦੋਂ ਕਿ ਉਟਲ ਸਚਾਈਏ ਸਤਗੁਰੂ ਜੀ ਦਾ ਬੱਚੇ ਨੇ ਹਜ਼ੂਰ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆਖੇ ਮਰਣਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਸਭ ਕਹਿੰਦੇ ਜੇ ਮੌਤ ਤੇ ਰੱਬ ਭੁੱਲਿਆ ਤੇ ਚੇਤਾ ਰੱਖੀ ਤੂੰ ਇਸ ਜਗਤ ਵਿੱਚ ਰਹਿ ਨਹੀਂ ਸਕਣਾ ਤੂੰ ਚਲੇ ਤ ਜਾਣਾ ਪਰ ਜੀਵਨ ਬਰਬਾਦ ਅਜਾਈਂ ਚਲਾ ਜਾਏਗਾ ਇਹਦਾ ਕੋਈ ਲਾਭ ਨਹੀਂ ਗੁਰੂ ਕੇ ਪਿਆਰਿਓ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਬਚਨ ਨੂੰ ਛੋੜਾ ਖੋਲਿਆ ਤਾਂ ਹੀ ਸ਼ਾਇਦ ਭਾਈ ਸਾਹਿਬ ਦੀਆਂ ਵਾਰਾਂ ਕਵਿਤਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਸਤਗੁਰਾਂ ਦੀ ਸ਼ਬਦ ਦਾ ਵਿਸਤਾਰ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ ਬੜੇ ਪਿਆਰ ਨਾਲ ਕਹਿੰਦੇ ਸਾਡੀ ਖਾਲਤ ਪਤਾ ਕੀ ਖੈ ਸ਼ਹਿਦ ਦੀ ਮੱਖੀ ਵਰਗੀ ਉਹ ਵਿਚਾਰੀਆਂ ਮੱਖੀਆਂ ਕਟੀਆਂ ਹੋ ਵੱਖ-ਵੱਖ ਫੁੱਲਾਂ ਤੇ ਬੈਠਦੀਆਂ ਨੇ ਰਸ ਚੂਸਦੀਆਂ ਨੇ ਸ਼ਹਿਦ ਨੂੰ ਪੈਦਾ ਕਰਦੀਆਂ ਨੇ ਸ਼ਹਿਦ ਇਕੱਠਾ ਹੋ ਜਾਂਦਾ ਹੈ ਤੇ ਉਹਨੂੰ ਛਕਦੀਆਂ ਨੇ ਅਦੇ ਖੋਰ ਕੱਟਾ ਖੋਰ ਕੱਟਾ ਖੋਰ ਕਰੀ ਜਾਂਦੀਆਂ ਨੇ ਇੱਕ ਆਸ ਰੱਖਦੀਆਂ ਨੇ ਅੰਦਰ ਫਿਰ ਆਰਾਮ ਨਾਲ ਬਹਿ ਕੇ ਖਾਵਾਂਗੀਆਂ ਸ਼ਹਿਦ ਇਕੱਠਾ ਹੋ ਜਾਂਦਾ ਕਿਸੇ ਇਨਸਾਨ ਦੀ ਨਿਗਾਹ ਪੈਂਦੀ ਉਹ ਜਾ ਕੇ ਤੋਂ ਥੋੜਾ ਧੂਆਂ ਬਾਲਦਾ ਜਾਂ ਕੋਈ ਹੋਰ ਤਰੀਕਾ ਵਰਤ ਕੇ ਮੱਖੀਆਂ ਨੂੰ ਪਰੇ ਘਟਾ ਦਿੰਦਾ ਤੇ ਉਹ ਜਿੰਨਾ ਸ਼ਹਿਦ ਇਹ ਉਹਨਾਂ ਇਕੱਠਾ ਕੀਤਾ ਉਹ ਜੋ ਕਿ ਆਪ ਲੈ ਜਾਂਦਾ ਹੈ ਮਿਹਨਤ ਉਹਨਾਂ ਨੇ ਕੀਤੀ ਪਰ ਸ਼ਕਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਬੰਦਾ ਮਾਇਆ ਇਕੱਠੀ ਕਰਨ ਮੱਖੀ ਦੀ ਤਰ੍ਹਾਂ ਤੁਰਦਾ ਇਸ ਕਰਕੇ ਬਸ ਜਿੰਨੀ ਕੁ ਸਮਾਂ ਮਿਲਿਆ ਬਚਪਨ ਪੜਨ ਚ ਜਵਾਨੀ ਸਾਰੀ ਪੈਸੇ ਚਲੰਗੇ ਕਮਾਨ ਚ ਬੁਢਾਪੇ ਹੋਣ ਤੋਂ ਪਹਿਲਾਂ ਪਹਿਲਾਂ ਜਿੰਨੀ ਜੋੜ ਸਕਦਾ ਜਿੰਨਾ ਚਿਰ ਸਰੀਰ ਚ ਤਾਕਤ ਤੇ ਬਾਲੇ ਉਹਨਾਂ ਚਿਰ ਜੋੜ ਲਾਵਾਂ ਇਸ ਕਰਕੇ ਫਿਰ ਆਰਾਮ ਨਾਲ ਬੈਠ ਕੇ ਖਾਵਾਂਗੇ ਹੁੰਦਾ ਵੀ ਜੋੜਦਾ ਹੀ ਰਹਿ ਜਾਂਦਾ ਏ ਜਦੋਂ ਬੈਠ ਕੇ ਛਕਣ ਦੀ ਵਾਰੀ ਆਉਂਦੀ ਉਦੋਂ ਰੱਬ ਵੱਲ ਉਹ ਸੱਦਾ ਆ ਜਾਂਦਾ ਤੇ ਅੱਗੇ ਤੁਰ ਜਾਂਦਾ ਫਿਰ ਇੱਕ ਭੁਲੇਖਾ ਪਾ ਦਿੰਦਾ ਚਲੋ ਅੱਗੋਂ ਮੇਰਾ ਬਾਗ ਪਰਿਵਾਰ ਪਿਆ ਖਾਏਗਾ ਭਾਈ ਸਾਹਿਬ ਕਹਿੰਦੇ ਜੇ ਮੱਕੀ ਨੇ ਭੁਲੇਖਾ ਖਾਦਾ ਐ ਇਨਸਾਨ ਤੂੰ ਹੀ ਉਪਲੇਖਾ ਘਾਰੇ ਜੈਸੀ ਮਧ ਮੱਖੀ ਸੀਂਚ ਸੀਂਚ ਕੇ ਇਕੱਤਰ ਕਰੇ ਹਰੇ ਮਦੂ ਆਏ ਤਾਂ ਕੈ ਮੁਖ ਸ਼ਾਰ ਡਾਰਕ ਉਹਨਾਂ ਦੇ ਪੱਲੇ ਤੇ ਸਵਾਭ ਪਈ ਮਿਹਨਤ ਕਰਦੇ ਰਹੇ ਕਹਿੰਦੇ ਬੰਦੇ ਦੀ ਖਾਲਤ ਉਸ ਗਾਂ ਦੇ ਵਛੇ ਵਰਕੇ ਖੈ ਜਿਹਨੂੰ ਛੱਡਿਆ ਉਹ ਗਾਂ ਦੇ ਕਦੇ ਇੱਕ ਥੰਨ ਨੂੰ ਮੂੰਚ ਪਾਉਂਦਾ ਕਦੇ ਦੂਸਰੇ ਕਦੇ ਤੀਸਰੇ ਕਦੇ ਚੌਥੇ ਚਾਹੇ ਚਾਹੁੰਦਾ ਏ ਪਰ ਜਦੋਂ ਦੁੱਧ ਉਤਰੀਆ ਤੇ ਇੱਕ ਨੂੰ ਪੀਣ ਦੀ ਬਜਾਏ ਛੱਡ ਕੇ ਛੇਤੀ ਨਾਲ ਦੂਸਰੇ ਨੂੰ ਤੀਸਰੇ ਨੂੰ ਉਹ ਚਾਹੁੰਦਾ ਹੈ ਵੀ ਥਣਾ ਨੂੰ ਬਦਲ ਕੇ ਇਕੱਠਾ ਦੁੱਧ ਹੋ ਕੇ ਉਹਨਾਂ ਪੀਵਾਂਗਾ ਜਦੋਂ ਦੁੱਧ ਭਰਦਾ ਹੈ ਛਣਾ 'ਚ ਕਿਸਾਨ ਹੁੰਦਾ ਈ ਉਹ ਬੱਚੇ ਦੇ ਗਲ ਵਿੱਚ ਰੱਸਾ ਪਾ ਕੇ ਪਰਾਂ ਮੰਨ ਕੇ ਦੁੱਧ ਨੂੰ ਚੋਕ ਕਿਉ ਲੈ ਜਾਂਦਾ ਜੈਸੇ ਬੱਚੇ ਖੇਤ ਗਊ ਸੰਚਿਤ ਹੈ ਖੀਰ ਬੱਚੇ ਵਾਸਤੇ ਗਊ ਤਾਂ ਇਕੱਠਾ ਕਰਦੀ ਹੈ ਦੁੱਧ ਭੇਜ ਦੀਏ ਹੌਲੀ ਹੌਲੀ ਪਰ ਖੁੰਦਾ ਕੀ ਲੇਤ ਹੈ ਅਖੀਰ ਦੋਖੇ ਬਛਰੇ ਬਿਟਾਰ ਕੇ ਦੁੱਧ ਚੋਣ ਵਾਲਾ ਬੱਚੇ ਨੂੰ ਪਰਾਂ ਕਰਕੇ ਗਾਂ ਦਾ ਦੁੱਧ ਕੋਈ ਖੋਰ ਲੈ ਜਾਂਦਾ ਹੈ ਗਾਂ ਨੇ ਉਤਾਰਿਆ ਕਿਸੇ ਖੋਰ ਵਾਸਤੇ ਬੱਚੇ ਨੇ ਮਿਹਨਤ ਕੀਤੀ ਬਿਲਕੁਲ ਇਸੇ ਤਰ੍ਹਾਂ ਜਿਵੇਂ ਬੱਚਾ ਤੇ ਗਾਂ ਜੋੜਦੀ ਰਹਿ ਜਾਂਦੇ ਇੱਕ ਦੂਸਰੇ ਨੂੰ ਪਰ ਉਹਦਾ ਮਾਲਕ ਕੋਈ ਖੋਰ ਬਣ ਜਾਂਦਾ ਹੈ ਮੌਤ ਦਾ ਪਤਾ ਕੋਈ ਨਹੀਂ ਕਦੋਂ ਆ ਜਾਵੇ ਪਿਆਰਿਓ ਗੁਰੂ ਸਾਹਿਬ ਜੀ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਤਰ ਖੋਦ ਖੋਦ ਕਰ ਬਿਲ ਸਾਜੇ ਮੂਸਾ ਪੈਸਤ ਸਰਬ ਧਾਏ ਖਾਏ ਤਾਂ ਹੀ ਮਾਰ ਕੇ ਚੂਹਾਏ ਉਹ ਪਿਆਰਿਓ ਖੁੱਡ ਪੁੱਟਦਾ ਲੰਬੀ ਸਾਰੀ ਪੁੱਟੀ ਜਾ ਰੇ ਚੂਹੇ ਦੀ ਆਦਤ ਤੇ ਉਸ ਨੇ ਵੇਖਣਾ ਨਹੀਂ ਕਿੰਨੀ ਕੁ ਜਗਾ ਚਾਹੀਦੀ ਉਹਨੂੰ ਪੁੱਛਿਆ ਕਾਦੇ ਲਈ ਕਹਿੰਦੇ ਲੰਬਾ ਸਾਰਾ ਘਰ ਬਣਾਵਾ ਕਿਸੇ ਦਿਓਸ ਤੱਕ ਪਹੁੰਚ ਨਹੀਂ ਹੋਏਗੀ ਫਿਰ ਆਰਾਮ ਨਾਲ ਬੈਠਾਂਗੇ ਸਭ ਹੁੰਦਾ ਉਹ ਆਪਣੀ ਖੁੱਡ ਤੇ ਬਣਾਉਂਦਾ ਨਹੀਂ ਉਹ ਬਣੀ ਬਣਾਇ ਖੁੱਡ ਵਿੱਚ ਜਾ ਕੇ ਮਾਲਕ ਬਣ ਕੇ ਬਹਿ ਜਾਂਦਾ ਚੂਹੇ ਨੂੰ ਮਾਰ ਮੁਕਾਇਆ ਜਾਂ ਪੱਜ ਗਿਆ ਉਸ ਦਾ ਮਾਲਕ ਹੋਰ ਬਣ ਗਿਆ ਕਹਿੰਦੇ ਅਸੀਂ ਇਸ ਦੁਨੀਆ ਵਿੱਚ ਆਪਣੇ ਬਾਹਰਲੇ ਘਰ ਬਣਾਉਂਦੇ ਰਹ ਜਾਂਦੇ ਆ ਅੰਦਰਲੇ ਘਰ ਦਾ ਸਾਨੂੰ ਕੋਈ ਫਿਕਰ ਨਹੀਂ ਜਿਸ ਘਰ ਵਿੱਚ ਬੈਠ ਕੇ ਸਦਾ ਲਈ ਸੁੱਖ ਲੈਣਾ ਸੀ ਬਣਾਉਂਦੇ ਰਹ ਜਾਨਿਆਂ ਮੌਤ ਆਉਂਦੀ ਖਲਾਕ ਬਦਲਦੇ ਨੇ ਇਹਦੇ ਮਾਲਕ ਕੋਈ ਹੋਰ ਬਣ ਜਾਂਦਾ ਹੈ ਤੈਸੇ ਕੋਟ ਪਾਪ ਕਰ ਮਾਇਆ ਜੋਰ-ਜੋਰ ਮੂੜ ਮੂਰਖ ਬੰਦਾ ਕਰੋੜਾਂ ਪਾਪ ਕਰਕੇ ਜੋੜਦਾ ਹੈ ਸਤਿਗੁਰੂ ਜੀ ਮਾਇਆ ਨੂੰ ਕਿਰਤ ਨੂੰ ਕਦੇ ਮਾੜਾ ਨਹੀਂ ਕਹਿੰਦੇ ਜਿਹੜੀ ਪਾਪ ਕਰ ਕਰਕੇ ਨਿਸ਼ਾਨੇ ਜ਼ਿੰਦਗੀ ਦਾ ਬਣ ਜਾਣਾ ਵੀ ਮਾਇਆ ਵੱਧ ਤੋਂ ਵੱਧ ਜੋੜਨੀ ਏ ਵਰਤਨ ਨਹੀਂ ਜੋੜਨੀ ਏ ਗਾਦੇ ਲਈ ਹੰਕਾਰ ਨੂੰ ਪੱਠੇ ਪਾਣ ਲਈ ਦੁਨੀਆਂ ਨੂੰ ਦੱਸਣ ਲਈ ਇੰਨਾ ਕੁਝ ਮੇਰੇ ਕੋਲ ਹੈ ਅਗਲਾ ਵੀ ਦੂਜੇ ਨੂੰ ਦੱਸ ਰਿਹਾ ਲੋੜ ਨਹੀਂ ਕੇਵਲ ਤੇ ਕੇਵਲ ਜੋੜ ਕੇ ਹੋਮੇ ਨੂੰ ਇਕੱਠਾ ਕਰਨਾ ਹੈ ਭਾਈ ਸਾਹਿਬ ਦਾ ਬਚਨ ਕਹਿੰਦੇ ਅੰਤ ਕਾਲ ਛਾੜ ਚੱਲੇ ਦੋਨੋਂ ਕਰ ਝਾਰ ਕੇ ਅੰਤ ਸਮਾਂ ਆਉਂਦਾ ਪਿਆਰਿਓ ਬਸ ਉਦੋਂ ਇਹ ਦੋਨੋਂ ਖਤ ਛਾੜ ਕੇ ਚਲਾ ਜਾਂਦਾ ਹੈ ਸ੍ਰੀਮਾਨ ਭਾਈ ਨੰਦ ਲਾਲ ਸਿੰਘ ਸਾਹਿਬ ਜਿਹਦੇ ਬਚਨ ਵੀ ਬੜੇ ਪਿਆਰੇ ਨੇ ਉਹ ਕਹਿੰਦੇ ਚੰਚਲ ਚੱਪਲ ਮਾਇਆ ਨੇ ਕੀਤੀ ਡਾਢੀ ਤੰਗ ਲੁਕਾਈ ਦੀਨ ਦੁਖੀ ਕੋ ਇਸ ਦੇ ਖਤੋਂ ਮੈਂ ਤੋਬਾ ਤੋਬਾ ਲਾਈ ਕਹਿੰਦੀ ਮਾਇਆ ਬੜੀ ਚੰਚਾਲ ਇਸ ਦੇ ਅਥੋਂ ਲੁਕਾਈ ਤੰਗ ਵੀ ਬੜੀ ਕਹਿ ਦੁਖੀ ਵੀ ਇਹ ਕਰਦੀ ਕਹਿ ਇਹ ਲੋਕ ਪਰ ਲੋਕ ਗਵਾ ਦਿੰਦੀ ਜਦ ਰੱਬ ਨੂੰ ਭੁੱਲੀਦਾ ਕਹਿੰਦੇ ਮੈਂ ਸਿਆਣ ਜਦੋਂ ਮੈਂ ਵੇਖਿਆ ਇਹ ਕਿਸੇ ਦੇ ਨਾਲ ਨਿਭਦੀ ਅਸੀਂ ਤੋਬਾ ਤੋਬਾ ਕਰਕੇ ਅਸੀਂ ਗੁਰੂ ਪਰਮੇਸ਼ਰ ਦੇ ਰਾਹ ਤੇ ਤੁਰ ਪਏ ਉਹ ਤਾਂ ਬੜਾ ਪਿਆਰੇ ਜੇ ਬਚਨ ਕਰਦੇ ਨੇ ਕਹਿੰਦੇ ਦੁਨੀਆ ਤੋਂ ਤੁਰ ਜਾਣ ਦੀ ਬੀਬਾ ਗੱਲ ਨਾ ਪੁੱਛੋ ਕਾਈ ਰਾਜੇ ਤੇ ਭਿਖਾਰੀ ਸਭਨਾ ਜਾਣਾ ਇਥੋਂ ਧਾਈ ਸਭ ਨਹੀਂ ਜਾਣੈ ਅਸੀਂ ਵੀ ਜਾਣੈ ਇਸ ਕਰਕੇ ਭਾਈ ਸਾਹਿਬ ਕਹਿਣਾ ਕੀ ਜਾਂਦੇ ਹੋ ਕਹਿੰਦੇ ਖਰ ਜਸ ਬਾਜੂ ਸ਼ਬਦ ਨ ਦੂ ਜਾ ਨਿਕਲੇ ਮੇਰੀ ਜ਼ਬਾਨੋ ਲਾ ਜੀਵਨ ਦਾ ਆਖਰ ਗੋਆ ਪਾਇਆ ਇਹ ਜਖਨ ਕਹਿੰਦੇ ਦੇਖੋ ਅਸੀਂ ਤਾਂ ਨਾ ਇੱਕੋ ਹੀ ਗੱਲ ਕੀਤੀ ਐ ਸਿੱਖਿਆ ਜੋ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਬਚਨ ਕਰਦੇ ਨੇ ਨਾ ਅੱਜ ਦੇ ਮਤਲਬ ਸਾਡਾ ਧਿਆਨ ਪਰਮੇਸ਼ਰ ਵੱਲ ਜਾਣ ਲਈ ਉਧਰੋਂ ਘਟਾਰੇ ਨੇ ਕਿ ਜੋ ਕੁਛ ਦੁਨੀਆ ਕਰਦੀ ਉਹ ਸਹੀ ਨਹੀਂ ਜਾਣ ਦਾ ਢੰਗ ਮਾਇਆ ਜੋੜਨ ਲਈ ਜਾਉਣਾ ਇਹ ਕੋਈ ਜ਼ਿੰਦਗੀ ਹੈ ਮਾਇਆ ਗੁਜਰਾਨ ਬਣ ਕੇ ਪਰਮੇਸ਼ਰ ਦੇ ਨਾਲ ਜੁੜਨ ਦੀ ਜ਼ਿੰਦਗੀ ਮਿਲਿਕ ਹੈ ਸਾਰਿਆਂ ਦੀ ਮੌਤ ਹੋਗੀ ਤੈਨੂੰ ਪਤਾ ਨਹੀਂ ਕਦੋਂ ਤੂੰ ਤੁਰ ਜਾਣਾ ਹੈ ਤੇ ਤੂੰ ਅਜੇ ਵੀ ਨਹੀਂ ਇੱਧਰ ਧਿਆਨ ਕਰਦਾ ਕਹਿੰਦੀ ਜ਼ੁਬਾਨ ਤੋਂ ਸਿਮਰਨ ਤੋਂ ਬਿਨਾਂ ਕੋਈ ਸ਼ਬਦ ਨਾ ਤੇਰੀ ਜ਼ੁਬਾਨ ਤੋਂ ਨਿਕਲੇ ਲਾਹਾ ਜੀਵਨ ਦਾ ਇਹੀ ਆ ਹੋਰ ਕੋਈ ਲਾਕਾ ਨਹੀਂ ਇਹਨੇ ਤੇਰੇ ਨਾਲ ਤੁਰਨਾ ਬਾਕੀ ਚੀਜ਼ਾਂ ਨਹੀਂ ਨੇ ਉਹ ਤਾਂ ਕਹਿੰਦੇ ਇਹ ਸਾਰਾ ਕੁਝ ਗੱਲਾਂ ਬਾਤਾਂ ਨਾਲ ਨਹੀਂ ਖੋਣਾ ਇਹ ਹੋਏਗਾ ਜਦੋਂ ਨਾਮ ਜਪਾਂਗੇ ਪਰਮੇਸ਼ਰ ਨੂੰ ਯਾਦ ਕਰਾਂਗੇ ਅੰਦਰੋਂ ਸੋਝੀ ਪੈਂਦੀ ਏ ਬੰਦੇ ਨੂੰ ਪਤਾ ਲੱਗਦਾ ਮੈਂ ਵੀ ਚਲੇ ਜਾਣਾ ਜਦੋਂ ਇਹ ਪਤਾ ਲੱਗਾ ਤਾ ਫਿਰ ਇਹ ਆਪਣੇ ਬਾਰੇ ਸੋਚਦਾ ਮੈਨੂੰ ਕੀ ਚਾਹੀਦਾ ਹੈ ਮੈਂ ਹੁਣ ਤੱਕ ਕੀ ਕਰ ਰਿਹਾ ਸੀ ਫਿਰ ਸ਼ੁਭ ਕਰਮਾਂ ਵੱਲ ਧਿਆਨ ਕਰੇਗਾ ਫਿਰ ਅਸੀਂ ਪਰਮੇਸ਼ਰ ਦੇ ਚਰਨਾਂ ਵੱਲ ਤੁਰਾਂਗੇ ਭਾਈ ਸਾਹਿਬ ਤਾਂ ਕਹਿੰਦੇ ਨੇ ਜੇ ਕੋਈ ਗੁਰਮੁਖ ਪ੍ਰਭੂ ਪਿਆਰਾ ਖਾਸ਼ਾਂ ਮਾਰ ਮੁਕਾਵੇ ਰਾਜ ਦੋ ਲੋਕੀ RAM ਰੋਲਿਓ ਉਸ ਵਦਨ ਨਜਰੀ ਆਵੇ ਜੇਕਰ ਕੋਈ ਬੰਦਾ ਰੱਬ ਨੂੰ ਪਿਆਰ ਕਰਨ ਲੱਗ ਪਵੇ ਉਸ ਬੰਦੇ ਦੀ ਸਦਕਾ ਖਾਸ਼ਾ ਮੁੱਕ ਜਾਣ ਉਹਨੂੰ ਲੱਗੇਗਾ ਦੋ ਲੋਕਾਂ ਦਾ ਰਾਜ ਇਹ ਕੇਵਲ ਰਾਮ ਰੋਲਾ ਹੀ ਇਹ ਖੋਰ ਕੁਝ ਵੀ ਨਹੀਂ ਜਿਹਨੂੰ ਮੈਂ ਬਹੁਤ ਵੱਡੀ ਚੀਜ਼ ਸਮਝਦਾ ਸਾਂ ਉਹ ਕਹਿੰਦੇ ਤੇ ਕੁਝ ਵੀ ਨਹੀਂ ਤੂੰ ਮੁੱਕ ਦੀ ਗੱਲ ਆਪਾਂ ਵਿਚਾਰ ਕਰ ਰਹੇ ਸਾਂ ਸਤਿਗੁਰੂ ਕਹਿ ਰਹੇ ਬੜੀ ਖਰਾਨ ਦੀ ਗੱਲ ਦੂਜੇ ਜਾਰੇ ਨੂੰ ਵੇਖ ਕੇ ਵੀ ਸਾਡਾ ਅੰਦਰ ਨਾ ਮੌਤ ਨੂੰ ਚੇਤਾ ਕਰਦਾ ਤੇ ਨਾ ਰੱਬ ਦੇ ਰਾਹ ਤੇ ਤੁਰਦਾ ਐ ਭਾਈ ਸਾਹਿਬ ਤਾਂ ਕਹਿੰਦੇ ਯਕਦਮ ਬਖਸ਼ੇ ਰਹਾ ਨ ਬਰਤਮ ਕੇ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਹਾਂ ਗੁਜਛਤ ਮੈਂ ਹਾਂ ਕੌਣ ਨਾ ਖੋਜ ਇਸ ਦੀ ਇੱਕ ਪਲ ਵੀ ਮੈਂ ਕੀਤੀ ਅਸੀਂ ਕੌਣ ਆ ਇਹਦੀ ਖੋਜ ਕਰਨੀ ਸੀ ਉਹ ਕੀਤੀ ਨਹੀਂ ਅਫਸੋਸ ਹੈ ਇਸ ਗੱਲ ਤੇ ਕਹਿੰਦੇ ਅਫਸੋਸ ਕੇ ਨਕਦੀ ਜੀਵਨ ਸੰਧੀ ਬੀਤੀ ਹਮਿੰ ਬੀਤੀ ਜੈ ਨਹੀਂ ਪਤਾ ਲਾ ਸਕੀ ਮੈਂ ਕੌਣ ਮੈਨੂੰ ਕੀ ਕਰਨਾ ਚਾਹੀਦਾ ਤੇ ਗੁਰੂ ਕਿ ਭਾਰਿਓ ਇਹ ਜ਼ਿੰਦਗੀ ਅਜਾਈ ਚਲੇ ਗਈ ਤਾਂ ਹੀ ਮੇਰੇ ਸਤਿਗੁਰੂ ਜੀ ਚੇਤਾ ਕਰਾਉਂਦੇ ਨੇ ਕਿਰਪਾ ਕਰਕੇ ਆਖ ਦੇ ਸਾਧੋ ਰਚਨਾ RAM ਬਣਾਈ ਇੱਕ ਬਿਨਸਾ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਇਸ ਚੀਜ਼ ਨੂੰ ਸਮਝਿਆ ਹੀ ਨਹੀਂ ਰਖਾਉ ਤੈ ਬੰਦੇ ਕਰਦੇ ਕੀਆ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਜਦੋਂ ਹੀ ਅਕਾਲ ਪੁਰਖ ਦੀ ਮੂਰਤ ਅੰਦਰੋਂ ਵਿਸਰੇ ਉਦੋਂ ਹੀ ਵਿਸ਼ੇ ਵਿਕਾਰਾਂ ਨੇ ਆਪਣੇ ਵਸ ਵਿੱਚ ਕਰ ਲੈਣਾ ਹੁੰਦਾ ਇਹਨਾਂ ਤੇ ਵਸ ਤੋਂ ਬਚਣ ਦਾ ਇੱਕੋ ਤਰੀਕਾ ਰੱਬ ਦੀ ਮੂਰਤ ਉਹਦੀ ਯਾਦ ਅੰਦਰ ਕੋ ਹੋਵੇ ਇੱਕ ਵਾਰ ਹੈ ਨਾ ਜਦੋਂ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਚੋਲਾ ਬਦਲ ਗਏ ਤਾਂ ਉਹਨਾਂ ਦੇ ਅਰਥੀ ਨੂੰ ਸਤਿਗੁਰੂ ਗੁਰੂ ਘਰ ਗੋਵਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੋਢਾ ਲਾਇਆ ਉਹਨਾਂ ਦੇ ਸੁਪੁੱਤਰ ਭਾਈ ਭਾਨਾ ਜੀ ਜਦੋਂ ਜਾ ਰਹੇ ਸੀ ਅਰਥੀ ਨੂੰ ਲੈ ਕੇ ਸੰਸਕਾਰ ਵਾਲੀ ਜਗ੍ਹਾ ਤੇ ਭਾਈ ਵਿਦੀ ਚੰਦ ਵਰਗੇ ਗੁਰੂ ਕੇ ਪਿਆਰਿਆਂ ਨੇ ਕੁਝ ਨਜ਼ਾਰਾ ਤੱਕਿਆ ਵਾਪਸ ਮੁੜੇ ਆਏ ਸੰਸਕਾਰ ਕਰਕੇ ਬਿਨੈ ਕੀਤੀ ਸਤਿਗੁਰੂ ਗੁਰੂ ਘਰ ਗੋਵਿੰਦ ਪਾਤਸ਼ਾਹ ਜੀਓ ਇੱਕ ਬੇਨਤੀ ਕਰਨੀ ਏ ਅੱਜ ਕੁਝ ਤੁਹਾਡੀ ਕਿਰਪਾ ਨਾਲ ਵੇਖਿਆ ਏ ਇਹ ਸਮਝਾਓ ਏਕੀ ਕੌਤਕ ਕੇ ਸਤਿਮੁ ਜਦੋਂ ਅਸੀਂ ਅੰਦਰ ਦੀ ਯਾਤਰਾ ਸ਼ੁਰੂ ਕਰਦੇ ਆ ਸਾਡੇ ਸਾਹਮਣੇ ਉਹ ਕੌਤਕ ਹੁੰਦੇ ਜਿਹੜੇ ਬਾਹਰ ਦੁਨੀਆ ਵਿੱਚ ਨਹੀਂ ਹੁੰਦੇ ਫਿਰ ਉਹਨਾਂ ਦਾ ਜਵਾਬ ਸਤਿਗੁਰੂ ਹੀ ਦੇ ਸਕਦੇ ਨੇ ਜਾਂ ਸਤਿਗੁਰੂ ਨਾਲ ਇੱਕ ਮਿਖ ਹੋਏ ਗੁਰਮੁਖ ਪਿਆਰੇ ਉਹਨਾਂ ਕੋਲ ਜਦੋਂ ਜ਼ਿਕਰ ਕਰਾਂਗੇ ਉਹ ਦੱਸਣਗੇ ਕਿ ਉਹਦਾ ਮਤਲਬ ਕੀ ਹੈ ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਗੁਰੂ ਪਿਆਰਿਆਂ ਨਾਲ ਜਦੋਂ ਕੋਈ ਘਟਨਾ ਅੰਦਰੋਂ ਵਾਪਰਦੀ ਏ ਤਾਂ ਉਹ ਬੜੇ ਖ਼ਰਾਣ ਖੁੰਦੇ ਕਈਆਂ ਨੂੰ ਜਾਪਦਾ ਏ ਉਂਝ ਹੀ ਮੇਰੇ ਮਨ ਨੇ ਐਖੋਜੀ ਕਹਾਣੀ ਪਾਈ ਪਰ ਸੋਝੀ ਵਾਲੇ ਜਾਣਦੇ ਐਵੇਂ ਨਹੀਂ ਇਹਦੇ ਮਗਰ ਕੋ ਰਾਜ ਤੇ ਸਿਣਿਆ ਜਦੋਂ ਉਹਨਾਂ ਨੇ ਪੁੱਛਿਆ ਸਤਪੁਰੂ ਜੀ ਸਿ ਜਾ ਰਹੇ ਸਾਂ ਤੇ ਸੀ ਸਾਰੀ ਸੰਗਤ ਇਸਿਰਾਂ ਦੇ ਉੱਪਰ ਛਤਰ ਝੁਲਦੇ ਤੱਕ ਰਹਿ ਸਾਂ ਇਤਨਾ ਜਾਖੋ ਜਲਾਲ ਸੀ ਵੇਖਿਆ ਨਹੀਂ ਸੀ ਜਾਂਦਾ ਵਾਪਸੀ ਆਏ ਆਪਜੀ ਉੱਪਰ ਤੇ ਕੁਝ ਕੁ ਪਿਆਰਿਆਂ ਦੇ ਉੱਪਰ ਛਤਰ ਝੁਲਦੇ ਨਜ਼ਰ ਆ ਰਹੇ ਸਨ ਬਾਕੀ ਪ੍ਰਾਣੀਆਂ ਤੇ ਨਹੀਂ ਕੀ ਮਹਾਰਾਜ ਇਹ ਭੁਲੇਖਾ ਏ ਮਨ ਦਾ ਕੋਈ ਇਹ ਖੇਡ ਖੈ ਜਾਂ ਕੋਈ ਸਚਾਈ ਏ ਸਤਗੁਰੂ ਕਹਿੰਨ ਲੱਗੇ ਇਹ ਸਚਾਈ ਹੈ ਐਸਾ ਕਿਉਂ ਜਦੋਂ ਜਾ ਰਹੇ ਸਾਂ ਆਪਾਂ ਸਭਨਾ ਦੇ ਅੰਦਰ ਦੋ ਚੀਜ਼ਾਂ ਸੀ ਪਈ ਬਾਬਾ ਬੁੱਢਾ ਸਾਹਿਬ ਜੀ ਵੀ ਚੋਲਾ ਬਦਲ ਗਏ ਸਾਰਿਆਂ ਨੂੰ ਜਾਣਾ ਪੈਂਦਾ ਇਸ ਦੁਨੀਆ ਚੋਂ ਅਸੀਂ ਵੀ ਤੁਰ ਜਾਣਾ ਏ ਇਹ ਚੀਜ਼ ਕਰਾਨ ਕਰਦੀ ਸੀ ਤੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਸੀ ਜਦੋਂ ਇਹ ਚੀਜ਼ ਵੇਖ ਕੇ ਰੱਬ ਵੱਲ ਨੂੰ ਬੰਦਾ ਮੁੜੇ ਸਤਿਗੁਰੂ ਕਹਿੰਦੇ ਮੌਤ ਤੇ ਪਰਮੇਸ਼ਰ ਚੇਤਾ ਰਵੇ ਫਿਰ ਸਾਰੀ ਜ਼ਿੰਦਗੀ ਨਿਰੰਕਾਰ ਦੀਆਂ ਰਹਿਮਤਾਂ ਦੇ ਛਤਰ ਝੁਲ ਦੇਖਣ ਵਾਪਸੀ ਮੁੜੇ ਫਿਰ ਦੁਨੀਆ ਚੇਤਾ ਆਈ ਤੇ ਛਤਰ ਪਰਾਂ ਹੋ ਗਏ ਇਹਦਾ ਮਤਲਬ ਹੈ ਦੋ ਚੀਜ਼ਾਂ ਅਕਾਲ ਪੁਰਖ ਦੀ ਬਖਸ਼ਿਸ਼ ਲੈਣ ਲਈ ਸਖਾਈ ਖੁੰਦੀਆਂ ਨੇ ਸਦਾ ਚੇਤਾ ਰੱਖੀਏ ਸੇ ਤੁਰ ਜਾਣਾ ਹੈ ਮਹਾਤਮਾ ਬੋਧੀ ਤੇ ਸ਼ੁਰੂਆਤ ਇਹਤੋਂ ਹੋਈ ਸੀ ਉਹਨਾਂ ਨੂੰ ਕਿਉਂਕਿ ਰਾਜਕੁਮਾਰ ਸਨ ਜੋਤਸ਼ੀਆਂ ਦੇ ਦੱਸਣ ਮੁਤਾਬਕ ਇਹਨੇ ਮਹਾਤਮਾ ਬੰਨਣਾ ਰਾਜੇ ਨੇ ਹਰ ਖੀਲਾ ਵਰਤਿਆ ਇਹਨਾਂ ਨੂੰ ਘਰੇ ਰੱਖਣਾ ਵੱਖਰੀਆਂ ਪੜਾਈਆਂ ਪਰ ਜਦੋਂ ਵੱਡੇ ਹੋਏ ਨਿਕਲੇ ਰਾਤ ਤੇ ਜਾ ਰਹੇ ਸਨ ਤੇ ਰਸਤੇ 'ਚੋ ਸ਼ੜਕ 'ਨੋ ਕੁਝ ਲੋਕਾਂ ਦੀ ਆਵਾਜ਼ ਆਈ ਉਹ ਰੋਕਿਆ ਕਾਰਨ ਕਹਿਣ ਲੱਗੇ ਭਾਈ ਕੀ ਹੋਇਆ ਸਾਹਮਣੇ ਕਹਿਣ ਲੱਗੇ ਇੱਕ ਆਦਮੀ ਚੜਾਈ ਕਰ ਗਿਆ ਮੌਤ ਹੋ ਗਈ ਹੈ ਉਹਦਾ ਸੰਸਕਾਰ ਕਰਨ ਚੱਲੇ ਨੇ ਅੱਛਾ ਬੰਦੇ ਦੀ ਮੌਤ ਵੀ ਹੋ ਜਾਂਦੀ ਏ ਹਾਂ ਮੌਤ ਹੋ ਜਾਂਦੀ ਏ ਸਾਰਿਆਂ ਦੀ ਮੌਤ ਹੁੰਦੀ ਏ ਕਿ ਕਿਸੇ ਕਿਸੇ ਦੀ ਸਭਨਾ ਦੀ ਮੇਰੀ ਵੀ ਹੋਏਗੀ ਖਾਂ ਤੇਰੀ ਵੀ ਜੀ ਤੁਹਾਡੀ ਖੋਏਗੀ ਠੋਕਰ ਵੱਜੀ ਮੈਂ ਮਰ ਜਾਣਾ ਤਿਵੇਂ ਖਾ ਪੀ ਕੇ ਰਾਜ ਭਾਗ ਭੋਗ ਕੇ ਚਲਾ ਗਿਆ ਤੇ ਮੈਨੂੰ ਕੀ ਲਾਭ ਇਹ ਜ਼ਿੰਦਗੀ ਇਸ ਲਈ ਤੇ ਨਾ ਮਿਲੀ ਇੱਕਦਮ ਉਹ ਤੀਰ ਬਣ ਕੇ ਵੱਜੀ ਸੀ ਗੱਲ ਬਸ ਪਿਆਰੂ ਇੱਕ ਬਜ਼ੁਰਗ ਨੂੰ ਵੇਖ ਲਿਆ ਇਹ ਬੁੱਢਾ ਹੋ ਇਸ ਤਰ੍ਹਾਂ ਕਿਉਂ ਤੁਰ ਰਿਹਾ ਹੈ ਇਹ ਬੁੱਢਾ ਹੋ ਗਿਆ ਅਸੀਂ ਵੀ ਬੁੱਢੇ ਹੋਣਾ ਹੈ ਕਾਂ ਜੇ ਉਮਰ ਰਹੀ ਤੇ ਐ ਕੋ ਦੀ ਖਾਲਤ ਵਿੱਚ ਜਾਣਾ ਪੈਂਦਾ ਉਹਨੂੰ ਬੁਢਾਪਾ ਤੇ ਮੌਤ ਵੇਖ ਕੇ ਠੋਕਰ ਵੱਜੇ ਸਭੋ ਕੁਝ ਛੱਡ ਛੜਾ ਕੇ ਰਾਜ ਭਾਗ ਦਿਨੇ ਰਾਤ ਬੰਦਗੀ ਕੀਤੀ ਤੇ ਨਿਰਵਾਣ ਪਾਤੀ ਪ੍ਰਾਪਤੀ ਕਰ ਲਈ ਸਤਿਗੁਰੂ ਜੀ ਆਖਦੇ ਸਾਨੂੰ ਕੋ ਤੀਰ ਵੱਜੇ ਅਸੀਂ ਇਸ ਦੁਨੀਆ ਵਿੱਚ ਆਪਣੇ ਅਸਲੀ ਮਨੋਰਥ ਵੱਲ ਧਿਆਨ ਕਰੀਏ ਤੋਂ ਬਚਨ ਕਰ ਰਹੇ ਨੇ ਵਿਕਾਰ ਉਦੋਂ ਕਿਸੇ ਨੂੰ ਬਨਦੇ ਨਹੀਂ ਪ੍ਰਾਣੀ ਨੂੰ ਜਦੋਂ ਕਿਸੇ ਦੇ ਅੰਦਰੋਂ ਅਕਾਲ ਪੁਰਖ ਦੀ ਯਾਦ ਨਿਕਲ ਜਾਂਦੀ ਝੂਠਾ ਤਨ ਸਾਚਾ ਕਰਮਾਨਿਓ ਜੋ ਸੁਪਨਾ ਰਹਿਨਾਈ ਇਹ ਸਰੀਰ ਝੂਠਾ ਖਤਮ ਹੋਣ ਵਾਲਾ ਇਹਨੂੰ ਸੱਚਾ ਕਰਕੇ ਮੰਨਿਆ ਪੀ ਇਹਨੇ ਸਦਾ ਹੀ ਰਹਿਣਾ ਇਹ ਤਾਂ ਸੁਪਨਾ ਹੈ ਰਾਤ ਨੂੰ ਸੁਪਨਾ ਲੱਗਦਾ ਤੇ ਸੱਚ ਹੈ ਸਵੇਰ ਉੱਠਾਂਗੇ ਸੱਚਾ ਤੇ ਨਹੀਂ ਨਾ ਤੈਰੋ ਸਾਰਾ ਕੁਝ ਨਹੀਂ ਹੈ ਇਸ ਤਰ੍ਹਾਂ ساری ਜ਼ਿੰਦਗੀ ਸੁਪਨੇ ਲੈੰਦੇ ਰਹੇ ਨੇ ਸਰੀਰ ਬਾਾਰੇ ਪਰ ਇਹ ਝੂਠਾ ਨੇ ਬਿੰਸ ਜਾਣਾ ਜੋ ਦਿਸੈ ਸੋ ਸਗਲ ਬਿਨਾਸੈ ਜਿਉਂ ਬਾਦਰ ਕੀ ਛਾਈ ਬਾਦਰ ਬਦਲ ਜੋ ਵੀ ਦਿਸ ਰਿਹਾ ਹੈ ਨਾ ਇਹਨੇ ਸਭਨਾ ਨੇ ਖਤਮ ਹੋ ਜਾਣਾ ਹੈ ਬਦਲਾਂ ਦੀ ਸ਼ਾਂ ਹੁੰਦੀ ਵੇਖਦਿਆਂ ਵੇਖਦਿਆਂ ਅੱਗੇ ਲੰਘ ਜਾਂਦੀ ਇਸੇ ਤਰ੍ਹਾਂ ਹੀ ਜ਼ਿੰਦਗੀ ਲੰਘ ਜਾਂਦੀ ਹੈ ਜਾ ਆਪ ਦੀ ਬਹੁਤ ਵੱਡੀ ਜਿਵੇਂ ਜ਼ਿੰਦਗੀ ਦੇ ਪਿਛਲੇ ਕਿਸੇ ਦੇ 20 ਕਿਸੇ ਦੇ 40 50 70 ਸਾਲ ਲੰਘ ਹੈ ਅਗਲੇ ਵੀ ਪਤ ਨਹੀਂ ਲੰਘਣਾ ਕਦੋਂ ਲੰਘ ਜਾਣੇ ਇਸ ਕਰਕੇ ਜਨ ਨਾਨਕ ਜਗ ਜਾਣਿਉ ਮਿੱਥਿਆ ਰਹਿਉ RAM ਸ਼ਰਨਾਈ ਭਾਈ ਜਿਨ੍ਹਾਂ ਨੂੰ ਸੋਝੀ ਪੈ ਗਈ ਜਿਨ੍ਹਾਂ ਨੇ ਵੇਖ ਲਿਆ ਪਈ ਇਹ ਜਗਤ ਨਾਸਮੰਤੇ ਉਹ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਗੱਲ ਤੇ ਆਵੇ ਮਹਾਰਾਜ ਬਚਨ ਕਰਦੇ ਅਕਾਲ ਪੁਰਖ ਦੀ ਸ਼ਰਨ ਵਿੱਚ ਭੈਣਾ ਉਹਦਾ ਲੜ ਪਕੜਨਾ ਹੈ ਅਸੀਂ ਰਹਿਣਾ ਨਹੀਂ ਪਤਾ ਨਹੀਂ ਕਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਈਏ ਪਰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਗੁਰੂ ਪਰਮੇਸ਼ਰ ਨਾਲ ਸਾਝ ਪਾਈ ਰੋਜ਼ ਇੱਕ ਵਾਰੀ ਸਤਿਗੁਰੂ ਜੀ ਬਚਨ ਚੇਤਾ ਕਰਾਉਂਦੇ ਨੇ ਇਹ ਹੀ ਬਚਨ ਸੋਹਲਾ ਸਾਹਿਬ ਦਾ ਪਾਠ ਕਰੀਏ ਨਾ ਪਹਿਲਾ ਹੀ ਸ਼ਬਦ ਆਉਂਦਾ ਹੈ ਅਖੀਰ ਵਿੱਚ ਗਰੀਬ ਅਨਵਾਜ ਪਿਤਾ ਜੀ ਆਖਦੇ ਨੇ ਤਾਰ ਕਰ ਏਕੋ ਪੌਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਕਹਿੰਦੇ ਮੌਤ ਤੋਂ ਪਹਿਲਾਂ ਪਹਿਲਾਂ ਉਸ ਵਾਹਿਗੁਰੂ ਨੂੰ ਚੇਤਾ ਕਰੀਏ ਜਿਹਦੇ ਭਾਗ ਮਾੜੇ ਕੋਣ ਉਹ ਐਸਾ ਨਹੀਂ ਕਰਦਾ ਉਹ ਤੇ ਸਗੋਂ ਉਲਟਾ ਕਈਆਂ ਨੂੰ ਜਿਨ੍ਹਾਂ ਦੀ ਮਤ ਮਾਰੀ ਜਾਵੇ ਜਾਇਦ ਰੱਬ ਵੱਲ ਨਾ ਪ੍ਰੇਰਿ ਜਾਣ ਉਹ ਸਗੋਂ ਪਤਾ ਲੱਗੇ ਤੇ ਜਾਦਾ ਮੜ ਕਰਮਾਂ 'ਵਲ ਧਿਆਨ ਕਰਦੇ ਕਹਿੰਦੇ ਮਰਤੇ ਜਾਣੇ ਜੋ ਕੁਝ ਖਾ ਪੀ ਭੋਗ ਸਕਦੇ ਉਹ ਭੋਗ ਲਵੋ ਪਰ ਜਿਨ੍ਹਾਂ ਤੇ ਕਿਰਪਾ ਖੋਵੇ ਉਹ ਜ਼ਿੰਦਗੀ ਨੂੰ ਸਫਲ ਬਣਾਉਂਦੇ ਨੇ ਸਤਿਗੁਰਾਂ ਨੇ ਤਾਂ ਹੀ ਚੇਤਾ ਕਰਾਇਆ ਭਾਈ ਮੌਤ ਤੇ ਰੱਬ ਇਸ ਲਈ ਚੇਤਾ ਕਰਾ ਰਹੇ ਆ ਜੇ ਵਿਸ਼ੇਵਤਾਰਾਂ ਤੇ ਦੁੱਖ ਦੀ ਜ਼ਿੰਦਗੀ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ ਤੇ ਤੁਸੀਂ ਰੱਬ ਦੇ ਰਾਹ ਤੇ ਤੁਰੋ ਤੇ ਇਹ ਨਾ ਭੁੱਲੋ ਕਿ ਮਰਨਾ ਇੱਕ ਨੇ ਨਹੀਂ ਸਭਨਾ ਨਹੀਂ ਇਸ ਦੁਨੀਆ ਤੋਂ ਤੁਰ ਜਾਣਾ ਹੈ ਚਾਹੇ ਕੋਈ ਵੱਡਾ ਕੋਈ ਛੋਟਾ ਪਰ ਜਾਣ ਤੋਂ ਪਹਿਲਾਂ ਸਾਈਂ ਨਾਲ ਸਾਝ ਪਾਈਏ ਤਾਂ ਕਿ ਉਸ ਦੇ ਚਰਨਾਂ ਵਿੱਚ ਜਾ ਸਕੀਏ ਅੱਜ ਇੰਨੇ ਬਚਨ ਪ੍ਰਵਾਨ ਕਰਨੇ ਪੁੱਲ ਚੁੱਕ ਦੀ ਖਿਮਾ ਕਰਨੀ ਜੀ ਫਤੇ ਬਲਾਉ ਵਾਜ ਪ੍ਰਜੀਕਾ ਕਲਸਾ ਵਾਜ ਪ੍ਰਜੀਕੀ ਫਤੇ